हर वेले चीकां नहीं चंगियां लगदियां। ਇਹ ਗੱਲ ਤੁਸੀਂ ਬਹੁਤ ਸਾਰੇ ਕਲਾਕਾਰ ਵੀ ਅੱਜ ਕੱਲ੍ਹ ਮਜਬੂਰੀ 'ਚ ਗਾ ਰਹੇ ਆ, ਮੈਨੂੰ ਪਤਾ ਬਹੁਤ ਸਾਰੇ ਕਲਾਕਾਰ ਜਿਹੜੇ ਜਾਂਦੇ ਜੀ ਉਹਨੂੰ ਸਿਖਾਉਂਦੇ ਨਹੀਂ ਸੀ, ਮੈਨੂੰ ਪਤਾ ਨਹੀਂ ਭਲਾ ਆ ਜਿਹੜੇ ਹੁਣ ਗਾ ਰਹੇ ਆ ਇਹ ਜਾਂਦੇ ਜੀ ਵੀ ਸਟੇਜ 'ਤੇ ਬਹੁਤ ਸਾਰਾ ਬੋਲਦੇ ਰਹੇ। ਮੈਂ ਪਹਿਲਾਂ ਹੀ ਦੱਸਿਆ ਜਾਂਦਿਆਂ ਨੂੰ ਡਾਂਗਾ, ਮਰਿਆਂ ਨੂੰ ਵਾਂਗਣ ਦੇਣ ਦਾ ਕੋਈ ਫਾਇਦਾ ਨਹੀਂ। ਜਿਹਨੂੰ ਪਿਆਰ ਕਰਦੇ ਹੋ ਉਹਨੂੰ ਇੱਥੋਂ ਕਰੋ, ਐਂ ਫੇਸਬੁੱਕਾਂ 'ਤੇ ਗਾਣੇ ਗਾ ਕੇ ਥੱਲੇ ਵਾਹ ਵਾਹ ਲੈਣ ਦਾ ਕੋਈ ਫਾਇਦਾ ਨਹੀਂ। ਉਹਦੇ ਥੱਲੇ ਵੀ ਬਹੁਤਿਆਂ ਨੇ ਲਿਖਿਆ ਬਾਈ ਤੇਰੇ ਕੋਲ ਗੱਲ ਨਹੀਂ ਬਣੀ, ਉਹਦੇ ਗਾਣੇ ਉਹਦੀ ਆਵਾਜ਼ ਲਈ ਬਣੇ ਸੀ। ਸਰਤਾਜ ਬਾਈ ਨੂੰ ਕਿਸੇ ਨੇ ਕਿਹਾ ਸੀ ਬਾਈ ਕਲੈਬੋਰੇਸ਼ਨ ਕਰੋ, ਬਾਈ ਕਹਿੰਦੇ ਉਹਦੇ ਗਾਣੇ ਉਹਦੀ ਆਵਾਜ਼ ਨੂੰ ਸੂਟ ਕਰਦੇ, ਉਹਦੇ ਗਾਣੇ ਜਿਹੜੇ ਐਗਰੈਸ਼ਨ 'ਚ ਉਹ ਗਾਉਂਦਾ ਸੀ ਮੈਨੂੰ ਨਹੀਂ ਲੱਗਦਾ ਕੋਈ ਗਾ ਸਕਦਾ। ਮੈਂ ਉਹਦਾ ਗਾਣਾ ਜੇ ਅੱਜ ਵੀ ਗਾਵਾਂ ਤਾਂ ਮੈਨੂੰ ਲੱਗਦਾ ਮੈਂ ਉਹਦਾ ਗਾਣਾ ਖਰਾਬ ਕਰ ਦੂੰਗਾ, ਕਿਉਂਕਿ ਮੇਰੀ ਵੋਕਲ ਨਹੀਂ ਉਹਦੇ ਗਾਣੇ, ਉਹਦੇ ਗਾਣੇ ਉਹਨੂੰ ਸੋਹਣੇ ਲੱਗਦੇ ਸੀ। ਬਹੁਤ ਸਾਰੇ ਕਲਾਕਾਰ ਬਾਬੇ ਉਹ ਅੱਜ ਕੱਲ੍ਹ ਗਾ ਰਹੇ ਆ ਉਹਦੇ ਗਾਣੇ ਫੇਸਬੁੱਕ 'ਤੇ, ਬਹੁਤੇ ਵਿਚਾਰੇ ਗਾਲਾਂ ਤੋਂ ਬਚਣ ਦੇ ਮਾਰੇ ਗਾ ਰਹੇ ਆ ਕਿਉਂਕਿ ਲੋਕ ਕਹਿੰਦੇ ਤੁਸੀਂ ਸ਼ਰਧਾਂਜਲੀ ਨਹੀਂ ਦੇ ਰਹੇ। ਇਹ ਸ਼ਰਧਾਂਜਲੀ ਨਹੀਂ ਆ, ਸ਼ਰਧਾਂਜਲੀ ਆ ਉਹਦੇ ਮਾਂ ਬਾਪ ਕੋਲ ਬਹਿਣਾ, ਸ਼ਰਧਾਂਜਲੀ ਆ ਜਿਹਨੂੰ ਤੁਸੀਂ ਜਾਂਦੇ ਜੀ ਮਾੜਾ ਨਹੀਂ ਕਹਿੰਦੇ ਉਹਨੂੰ ਤੁਸੀਂ ਬਾਅਦ 'ਚ ਕਿੱਦਾਂ ਕਹਿ ਸਕਦੇ? ਜੇ ਕਿਸੇ ਨੂੰ ਜਾਂਦੇ ਚੰਗਾ ਨਹੀਂ ਕਹਿ ਸਕਦੇ ਤਾਂ ਬਾਅਦ 'ਚ ਮਿੱਠੇ ਪੋਚੇ ਮਾਰਨੇ ਬੰਦ ਕਰੋ। ਭਾਵੇਂ ਉਹ ਕਲਾਕਾਰ ਆ ਭਾਵੇਂ ਜਾਂਦੇ ਜੀ ਤੁਸੀਂ ਗਨ ਕਲਚਰ ਕਹਿੰਦੇ ਹੋ ਪ੍ਰਮੋਟ ਕਰਦਾ ਸੀ, ਬੇਸ਼ੱਕ ਉਹ 'ਚ ਅਸੀਂ ਵੀ ਆਉਂਦੇ ਹੋਈਏ, ਪਰ ਮੇਰਾ ਪੁਆਇੰਟ ਆ ਸੁਣ ਕੇ ਜਿਹੜੀ ਮੈਂ ਗੱਲ ਕਰਨ ਲੱਗਾ, ਭਾਵੇਂ ਉਹ ਸੰਦੀਪ ਨੰਗਲੰਬੀਆ ਉਹਦੇ ਛੋਟੇ ਬੱਚੇ ਰਹਿ ਗਏ, ਭਾਵੇਂ ਉਹ ਦੀਪ ਸਿੱਧੂ ਮਾਵਾਂ ਦੇ ਬੱਚੇ ਗਏ ਆ, ਮਾਵਾਂ ਦੇ ਜਵਾਨ ਪੁੱਤ ਗਏ ਆ, ਇਹ ਚੀਕਾਂ ਮਾਰਨ ਦਾ ਵੇਲਾ ਨਹੀਂ ਕਿ ਬਾਈ ਤੈਨੂੰ ਆਏ ਬਣ, ਨਹੀਂ ਨਹੀਂ ਸਿਆਣੇ ਬਣੋ ਮੇਰੇ ਵੀਰ ਪਲੀਜ਼। ਅਸੀਂ ਆਪਣੇ ਪੰਜਾਬ ਦੇ ਕਬੱਡੀ ਖੇਡ ਵੇਖੋ, ਜਦ ਦੀ ਕਬੱਡੀ ਡਰ ਗਈ ਆ, ਕਬੱਡੀ ਦੇ ਮੈਚ ਨਹੀਂ ਹੋ ਰਹੇ, ਵੱਡੇ ਵੱਡੇ ਖਿਡਾਰੀ ਬਾਹਰ ਭੱਜ ਗਏ, ਲੁਕ ਗਏ ਸਾਰੇ, ਪੰਜਾਬ ਲਈ ਚਿੰਤਾ ਦਾ ਗੱਲ ਹੈ, ਚਿੰਤਾ ਦਾ ਵਿਸ਼ਾ ਹੈ ਪੰਜਾਬ, ਕਿਉਂਕਿ ਪੰਜਾਬ ਨੂੰ ਡਰਾਇਆ ਜਾ ਰਿਹਾ, ਪੰਜਾਬ 'ਚੋਂ ਮਾਹੌਲ ਖਰਾਬ ਕੀਤਾ ਜਾ ਰਿਹਾ, ਪੰਜਾਬ ਦੀ ਸੱਭਿਆਚਾਰ ਔਰ ਪੰਜਾਬ ਦੀ ਮਾਂ ਖੇਡ ਕਬੱਡੀ 'ਤੇ ਹਮਲਾ ਕੀਤਾ ਗਿਆ, ਇਹਨਾਂ ਨੂੰ ਡਰਾ ਦਿੱਤਾ ਗਿਆ, ਪੰਜਾਬ ਦੀ ਗਾਇਕੀ ਨੂੰ ਅਤੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ, ਜਿਹੜਾ ਕਿ ਕਦੀ ਪੰਜਾਬ ਮੇਲਿਆਂ ਦੀ ਧਰਤੀ ਹੈ, ਮਾਂ ਖੇਡ ਕਬੱਡੀ। ਅੱਜ ਵੇਖੋ ਕੋਈ ਖਿਡਾਰੀ ਤੁਹਾਨੂੰ ਦੇਖਦਾ ਇੱਥੇ? ਸਭ ਭੱਜ ਗਏ, ਕਿਉਂ ਭੱਜ ਗਏ? ਜਾਣ ਬਚਾ ਕੇ ਭੱਜ ਗਿਆ। ਕੌਣ ਖੇਡੂਗਾ ਜਿਹਦਾ ਮਾਂ ਦਾ ਜਵਾਨ ਪੁੱਤ ਗਰਾਊਂਡ 'ਚ ਮਾਰਦਾ, ਇੱਕ ਮਾਂ ਦਾ ਜਵਾਨ ਪੁੱਤ ਮੋੜ 'ਤੇ ਮਾਰਦਾ ਦਿਨ ਦਿਹਾੜੇ? ਸੋ ਮੇਰਾ ਪਲੀਜ਼ ਬੇਨਤੀ ਆ, ਤੁਸੀਂ ਯਾਰ ਇੱਦਾਂ ਨਾ ਕਰੋ। ਸ਼ਰਧਾਂਜਲੀ ਦਾ ਮਤਲਬ ਆ, ਅਜੇ ਉਹਨੂੰ 10 ਦਿਨ ਨਹੀਂ ਹੋਏ ਗਏ, ਮੈਂ ਪਿਛਲੇ ਬਹੁਤ